ਲੋਕਡਾਊਨ ਕਰਕੇ ਸਾਡੀਆਂ ਸਾਰੀਆਂ ਗਰਾਊਂਡਾਂ ਬੰਦ ਹੋ ਗਈਆਂ, ਸਾਡੀ ਪ੍ਰੈਕਟਿਸ ਬੰਦ ਹੋ ਗਈ। ਜਿੱਦਾਂ ਵਿਹਲੇ ਟਾਈਮ ਦੇ ਵਿੱਚ ਨੈੱਟਫਲਿਕਸ 'ਤੇ ਮੂਵੀਜ਼ ਹੋ ਗਈਆਂ, ਪਬਜੀ ਦੇ ਮੈਚ ਹੋ ਗਏ, ਕੋਰੋਨਾ ਵਾਇਰਸ ਨੇ ਹਰ ਇੱਕ ਦੀ ਜ਼ਿੰਦਗੀ 'ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰਭਾਵ ਪਾਇਆ। ਖਿਡਾਰੀ ਵੀ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੋਕਡਾਊਨ ਤੋਂ ਬਚ ਨਹੀਂ ਸਕੇ ਨੇ, ਕਿਉਂਕਿ ਖਿਡਾਰੀਆਂ ਨੂੰ ਵੀ ਅੰਦਰ ਰੱਖਣਾ ਪਿਆ। ਗੱਲ ਕਰਦੇ ਹਾਂ ਏਸ਼ੀਅਨ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਤਜਿੰਦਰਪਾਲ ਸਿੰਘ ਤੂਰ ਦੇ ਨਾਲ, ਕਿਉਂਕਿ ਉਹ ਵੀ ਓਲੰਪਿਕ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ ਅਤੇ ਅਚਾਨਕ ਲੱਗੇ ਲੋਕਡਾਊਨ ਦੇ ਕਾਰਨ ਉਹਨਾਂ ਨੂੰ ਵੀ ਅੰਦਰ ਰਹਿਣਾ ਪਿਆ। ਤਜਿੰਦਰ, ਸਵਾਗਤ ਹੈ ਤੁਹਾਡਾ ABP ਸਾਂਝਾ 'ਤੇ। ਤੁਹਾਡੀਆਂ ਤਿਆਰੀਆਂ 'ਤੇ ਲੋਕਡਾਊਨ ਨੇ ਕੀ ਇਫੈਕਟ ਪਾਇਆ? ਇਹ ਲੋਕਡਾਊਨ ਦਾ ਮੇਰੀ ਪ੍ਰੈਕਟਿਸ 'ਤੇ ਬਹੁਤ ਜ਼ਿਆਦਾ ਅਸਰ ਪਿਆ। ਜਿੱਦਾਂ ਮੇਰੀ ਬੋਡੀ ਪੂਰੀ ਪੀਕ ਵਿੱਚ ਚੱਲ ਰਹੀ ਸੀਗੀ, 22 ਮੀਟਰ ਥਰੋਅ ਮੈਂ ਐਵਰੇਜ ਲਾ ਰਿਹਾ ਸੀ ਪ੍ਰੈਕਟਿਸ ਵਿੱਚ। ਜਿੱਦਾਂ 20 ਮਾਰਚ ਨੂੰ ਸਾਡੇ ਕੰਪਟੀਸ਼ਨ ਸੀ ਪਟਿਆਲੇ NIS ਵਿੱਚ, ਇੰਡੀਅਨ ਗ੍ਰੈਂਡ ਪ੍ਰਿਕਸ, ਅਤੇ ਉਹਦੇ ਤੋਂ ਸਾਡਾ ਓਲੰਪਿਕ ਕੁਆਲੀਫਾਈ ਮੰਨਿਆ ਜਾਣਾ ਸੀਗਾ, ਅਤੇ ਉਹ ਲੋਕਡਾਊਨ ਕਰਕੇ ਉਹ ਕੰਪਟੀਸ਼ਨ ਕੈਂਸਲ ਹੋ ਗਿਆ। ਅਤੇ ਫਿਰ ਸਾਡੀ ਫੈਡਰੇਸ਼ਨ ਨੇ ਫੈਸਲਾ ਕੀਤਾ ਵੀ ਜਿੰਨੇ ਵੀ ਸਾਡੇ ਇੰਡੀਅਨ ਕੈਂਪਰ ਨੇ ਅਤੇ ਉਹਨਾਂ ਦੇ ਟਰਾਇਲ ਲਏ ਜਾਣਗੇ, ਅਤੇ ਮੈਂ ਉਹਨਾਂ ਟਰਾਇਲਾਂ ਵਿੱਚ ਓਲੰਪਿਕ ਕੁਆਲੀਫਾਈ ਕਰ ਗਿਆ ਸੀਗਾ। 21:50 ਲਾ ਗਏ, ਪਰ ਉਹ ਓਲੰਪਿਕ ਕੁਆਲੀਫਾਈ ਮੰਨਿਆ ਨਹੀਂ ਜਾਣਾ ਸੀਗਾ, ਕਿਉਂਕਿ ਉਹ ਨੈਸ਼ਨਲ ਮੀਟ ਕੈਂਸਲ ਹੋ ਚੁੱਕੀ ਸੀ। ਅਤੇ ਬਾਕੀ ਸਾਰਿਆਂ 'ਤੇ ਇਸ ਲੋਕਡਾਊਨ ਦਾ ਅਸਰ ਪਿਆ ਸਾਰੇ ਪਲੇਅਰਾਂ 'ਤੇ। ਅੱਛਾ ਤਜਿੰਦਰ, ਲੋਕਡਾਊਨ ਦੇ ਕਾਰਨ ਤੁਹਾਡੀ ਪ੍ਰੈਕਟਿਸ ਕਿੰਨੀ ਜ਼ਿਆਦਾ ਪ੍ਰਭਾਵਿਤ ਹੋਈ ਹੈ? ਹਾਂਜੀ, ਇਸ ਲੋਕਡਾਊਨ ਦਾ ਸਾਡੀ ਟ੍ਰੇਨਿੰਗ 'ਤੇ ਬਹੁਤ ਪ੍ਰਭਾਵ ਪਿਆ। ਇਸ ਲੋਕਡਾਊਨ ਕਰਕੇ ਸਾਡੀਆਂ ਸਾਰੀਆਂ ਗਰਾਊਂਡਾਂ ਬੰਦ ਹੋ ਗਈਆਂ, ਸਾਡੀ ਪ੍ਰੈਕਟਿਸ ਬੰਦ ਹੋ ਗਈ। ਜਿੱਦਾਂ ਅਥਲੈਟਿਕ ਜਾਂ ਥਰੋਇੰਗ ਈਵੈਂਟ ਹੈ ਕਿ ਇੱਦਾਂ ਦਾ ਈਵੈਂਟ ਆ ਜਿਸ ਲਈ ਸਾਨੂੰ ਹਰ ਰੋਜ਼ ਵੇਟ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਆ, ਰਨਿੰਗ ਦੀ ਜ਼ਰੂਰਤ ਹੁੰਦੀ ਆ, ਫਿਟਨੈਸ ਦੀ ਜ਼ਰੂਰਤ ਹੁੰਦੀ ਆ, ਅਤੇ ਜਿੱਦਾਂ ਹਰ ਰੋਜ਼ ਸਾਨੂੰ ਵੀਕ 'ਚ 3 ਦਿਨ ਥਰੋਆਂ ਲਾਉਣੀਆਂ ਹੁੰਦੀਆਂ, ਅਤੇ ਉਹ ਵੀ ਸਾਡੀਆਂ ਬੰਦ ਹੋ ਗਈਆਂ, ਅਤੇ ਉਹਦੇ ਕਰਕੇ ਸਾਰੀ ਟੈਕਨੀਕ ਸਾਡੀ ਖਰਾਬ ਹੋਣ ਲੱਗ ਗਈ, ਫਿਟਨੈਸ ਸਾਡੀ ਜ਼ੀਰੋ ਹੋਣ ਲੱਗ ਗਈ, ਅਤੇ ਹੁਣ ਟੋਟਲੀ ਅਸੀਂ ਇਸ ਟਾਈਮ ਮਤਲਬ ਅਨਫਿਟ ਚੱਲ ਰਹੇ ਹਾਂ। ਤੁਸੀਂ ਕਹਿ ਰਹੇ ਹੋ ਪ੍ਰੈਕਟਿਸ ਪ੍ਰਭਾਵਿਤ ਹੋਈ ਹੈ, ਪਰ ਹੁਣ ਦੁਬਾਰਾ ਤੋਂ ਉਸੇ ਲੈਅ ਦੇ ਵਿੱਚ ਆਉਣ ਨੂੰ ਕਿੰਨਾ ਸਮਾਂ ਲੱਗੇਗਾ? ਹਾਂਜੀ ਬਿਲਕੁਲ, ਜਿੱਦਾਂ ਲੋਕਡਾਊਨ ਤੋਂ ਬਾਅਦ ਸਾਨੂੰ ਫਿਟਨੈਸ ਵਾਸਤੇ ਜਿੱਦਾਂ ਪੂਰੀ ਪੀਕ ਦੇ ਵਿੱਚ ਆਉਣ ਲਈ ਘੱਟ ਤੋਂ ਘੱਟ 4 ਤੋਂ 5 ਮਹੀਨੇ ਲੱਗਦੇ ਆ। ਜਿੱਦਾਂ ਹੁਣ ਲੋਕਡਾਊਨ ਕਾਰਨ ਸਾਡਾ ਸਾਰੀਆਂ ਜਿੰਮਾਂ ਬੰਦ ਹੋ ਗਈਆਂ, ਪ੍ਰੈਕਟਿਸ ਬੰਦ ਹੋ ਗਈ ਸਾਰੀ, ਹੁਣ ਜਿੱਦਾਂ ਸਟਰੈਂਥ ਅਪ ਕਰਨੀ ਆ ਉਹ ਵੀ ਹੌਲੀ ਹੌਲੀ ਚੱਕਣੀ ਪਊ। ਜੇ ਆਪਾਂ ਇੱਕਦਮ ਤੋਂ ਉਹਨੂੰ ਚੱਕਾਂਗੇ ਫਿਰ ਇੰਜਰੀ ਦੇ ਚਾਂਸ ਵੱਧ ਜਾਂਦੇ ਨੇ। ਜਿੱਦਾਂ ਹੁਣ ਥਰੋਆਂ ਨਹੀਂ ਹੋਈਆਂ ਪਿਛਲੇ ਦੋ ਮਹੀਨੇ ਤੋਂ, ਅਤੇ ਉਹ ਵੀ ਹੁਣ ਟੈਕਨੀਕ 'ਤੇ ਬਹੁਤ ਅਸਰ ਪਿਆ ਹੋਣਾ, ਵੀ ਬਹੁਤ ਪੁਆਇੰਟ ਗਲਤ ਹੋਏ ਹੋਣੇ ਨੇ, ਅਤੇ ਮਤਲਬ ਵੀ 4 ਤੋਂ 5 ਮਹੀਨੇ ਦਾ ਵੀ ਸਮਾਂ ਪੂਰਾ ਪੀਕ 'ਤੇ ਆਉਣ ਲਈ ਸਾਨੂੰ ਲੱਗ ਜਾਊਗਾ। ਅੱਛਾ ਤਜਿੰਦਰ, ਹੁਣ ਕੀ ਓਲੰਪਿਕ ਦੀ ਤਿਆਰੀ ਮੁੜ ਤੋਂ ਆਸਾਨ ਹੋਵੇਗੀ? ਜੀ ਬਿਲਕੁਲ, ਜਿੱਦਾਂ ਹੁਣ ਓਲੰਪਿਕ ਕੁਆਲੀਫਾਈ ਦੇ ਵਿੱਚ 6 ਮਹੀਨੇ ਪਏ ਨੇ, ਜਿੱਦਾਂ 1 ਦਸੰਬਰ ਤੋਂ ਕੁਆਲੀਫਾਈ ਸ਼ੁਰੂ ਹੋਣੇ ਨੇ, ਅਤੇ ਜੇ ਸਰਕਾਰਾਂ ਹੁਣ ਗਰਾਊਂਡ ਖੋਲ੍ਹਣ ਤਾਂ ਅਸੀਂ ਆਪਣਾ ਫਿਰ ਤੋਂ ਆਕਸੀਜਨ ਲਾ ਸਕਦੇ ਹਾਂ, ਜੋ ਸਾਡੀਆਂ ਟੈਕਨੀਕ ਦੇ ਵਿੱਚ ਪ੍ਰੋਬਲਮ ਆਈਆਂ, ਸਾਡੀ ਸਟਰੈਂਥ ਲੋਅ ਆਈ ਆ, ਉਸ ਨੂੰ ਫਿਰ ਅਸੀਂ ਆਕਸੀਜਨ ਲਾ ਕੇ ਫਿਰ ਅਸੀਂ ਪੀਕ ਦੇ ਵਿੱਚ ਜਾ ਸਕਦੇ ਹਾਂ, ਅਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਵੀ ਮਤਲਬ 5-6 ਮਹੀਨੇ ਦੇ ਵਿੱਚ ਉੱਥੇ ਤੱਕ ਪਹੁੰਚਣਾ। ਅੱਛਾ, ਹੁਣ ਅੱਗੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਰਹਿਣ ਵਾਲੀਆਂ ਨੇ? ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿਉਂਕਿ ਇੱਕ ਥਰੋਅਰ ਦਾ ਬੋਡੀ ਵੇਟ ਬਹੁਤ ਜਲਦੀ ਵੱਧ ਜਾਂਦਾ ਹੈ, ਅਤੇ ਉਸ ਨੂੰ ਫਿੱਟ ਕਰਨਾ ਹੀ ਇੱਕ ਸਭ ਤੋਂ ਵੱਡੀ ਚੁਣੌਤੀ ਹੈ। ਅਤੇ ਦੂਸਰੇ ਨੰਬਰ 'ਤੇ ਜਿੱਦਾਂ ਸਾਨੂੰ ਵੀਕ ਦੇ ਵਿੱਚ 3 ਦਿਨ ਥਰੋਆਂ ਜ਼ਰੂਰੀ ਹੁੰਦੀਆਂ ਨੇ, ਅਤੇ ਉਹ ਥਰੋਆਂ ਨਾ ਹੋਣ ਕਰਕੇ ਸਾਡੇ ਸਾਰੇ ਟੈਕਨੀਕ ਦੇ ਪੁਆਇੰਟ ਖਰਾਬ ਹੋ ਚੁੱਕੇ ਹਨ। ਅਤੇ ਤੀਸਰਾ, ਜਿੱਦਾਂ ਆਪਣਾ ਹੁਣ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ, 1 ਜੂਨ 1 ਅਗਸਤ, ਇਹਦੇ ਵਿੱਚ ਬੋਡੀ ਬਹੁਤ ਜ਼ਿਆਦਾ ਐਗਜੋਸਟ ਹੁੰਦੀ ਆ, ਰਿਕਵਰੀ ਬਹੁਤ ਘੱਟ ਜਾਂਦੀ ਆ, ਅਤੇ ਇਸ ਸਾਲ ਫੋਰਨ ਟ੍ਰੇਨਿੰਗ ਵਾਸਤੇ ਵੀ ਨਹੀਂ ਸਾਨੂੰ ਭੇਜ ਰਹੇ ਹੈਗੇ, ਅਤੇ ਮੌਸਮ ਦੇ ਨਾਲ ਆਪਣੇ ਆਪ ਦੇ ਨਾਲ ਸਾਨੂੰ ਲੜਨਾ ਪੈਣਾ, ਅਤੇ ਆਪਣੇ ਆਪ ਨੂੰ ਫਿਰ ਉੱਥੇ ਜਿਹੜੀ ਪੀਕ ਦੇ ਵਿੱਚ ਸੀ ਉੱਥੇ ਲੈ ਕੇ ਆਉਣਾ। ਅੱਛਾ, ਤੁਸੀਂ ਤਾਂ ਹਾਲੇ ਤੱਕ ਓਲੰਪਿਕ ਦੇ ਲਈ ਕੁਆਲੀਫਾਈ ਵੀ ਨਹੀਂ ਕੀਤਾ ਸੀ, ਪਰ ਹੁਣ ਮੁੜ ਤੋਂ ਕੁਆਲੀਫਾਈ ਕਰਨਾ ਆਸਾਨ ਹੋਵੇਗਾ? ਬਿਲਕੁਲ ਨਹੀਂ, ਮੈਂ ਪੂਰਾ ਫਿੱਟ ਚੱਲ ਰਿਹਾ ਸੀ ਓਲੰਪਿਕ ਕੁਆਲੀਫਾਈ ਤੋਂ ਉੱਪਰ, 1-1 ਮੀਟਰ ਉੱਪਰ ਮੈਂ ਥਰੋਆਂ ਪ੍ਰੈਕਟਿਸ ਵਿੱਚ ਮਾਰ ਰਿਹਾ ਸੀ, ਜਿੱਦਾਂ 21:10 ਦਾ ਸਾਡਾ ਓਲੰਪਿਕ ਕੁਆਲੀਫਾਈ ਸੀ, ਅਤੇ ਮੈਂ 22 ਮੀਟਰ ਐਵਰੇਜ ਥਰੋਆਂ ਪ੍ਰੈਕਟਿਸ ਵਿੱਚ ਮਾਰ ਰਿਹਾ ਸੀ, ਅਤੇ ਮੈਂ ਓਲੰਪਿਕ ਕੁਆਲੀਫਾਈ ਬਾਰੇ ਨਹੀਂ ਸੋਚ ਰਿਹਾ ਸੀਗਾ। ਮੈਨੂੰ ਸੀ ਵੀ ਮੈਂ ਮੈਡਲ ਦੇ ਵਿੱਚ ਪਹਿਲੇ 3 ਦੇ ਵਿੱਚ ਫਸ ਸਕਦਾ, ਕਿਉਂਕਿ ਜੋ
ਰੀਓ ਦੇ ਵਿੱਚ ਰਿਜ਼ਲਟ ਰਹੇ ਨੇ 22-50 ਤੇ ਗੋਲਡ ਸੀਗਾ 21-80 ਤੇ ਸਿਲਵਰ ਸੀਗਾ ਅਤੇ ਬ੍ਰੌਂਜ਼ 21-45 ਤੇ ਸੀਗਾ ਤੋ ਮੈਂ ਪੂਰਾ ਮੋਟੀਵੇਟਡ ਸੀ ਮੈਨੂੰ ਪਤਾ ਸੀ ਵੀ ਮੈਂ ਓਲੰਪਿਕ ਮੈਡਲ ਇਸ ਸਾਲ ਲੈ ਸਕਦਾ ਅੱਛਾ ਜਦੋਂ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦਾ ਐਲਾਨ ਹੋਇਆ ਸੀ ਤਾਂ ਉਸ ਸਮੇਂ ਕਿੰਨੀ ਨਿਰਾਸ਼ਾ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਸੀ ਓਲੰਪਿਕ ਲੇਟ ਹੋਈਆਂ ਮੈਂ ਇਸ ਚੀਜ਼ ਨੂੰ ਨੈਗੇਟਿਵ ਨਹੀਂ ਲੈ ਰਿਹਾ ਮੈਂ ਇਸ ਚੀਜ਼ ਨੂੰ ਪੋਜ਼ੀਟਿਵ ਲੈ ਕੇ ਚੱਲ ਰਿਹਾ ਵੀ ਜਿੱਦਾਂ ਓਲੰਪਿਕ ਵਾਸਤੇ ਮੈਨੂੰ 1 ਸਾਲ ਦਾ ਸਮਾਂ ਹੋਰ ਮਿਲ ਚੁੱਕਿਆ ਵਾ ਅਤੇ ਜੋ ਵੀ ਮੇਰੇ ਵਿੱਚ ਟੈਕਨੀਕ ਦੇ ਵਿੱਚ ਕਮੀਆਂ ਰਹੀਆਂ ਮੇਰੀ ਸਟਰੈਂਥ ਦੇ ਵਿੱਚ ਕਮੀਆਂ ਰਹੀਆਂ ਜੋ ਅਸੀਂ ਪਿੱਛੇ ਗਲਤੀਆਂ ਕੀਤੀਆਂ ਉਸ ਨੂੰ ਅਸੀਂ ਇੰਪਰੂਵ ਕਰਾਂਗੇ ਅਤੇ ਆਪਣੇ ਦੇਸ਼ ਲਈ ਮੈਨੂੰ ਯਕੀਨ ਆ ਵੀ ਅਸੀਂ ਮੈਡਲ ਲੈ ਕੇ ਆਵਾਂਗੇ ਅੱਛਾ ਜੇਕਰ 2021 ਦੇ ਵਿੱਚ ਵੀ ਓਲੰਪਿਕ ਖੇਡਾਂ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਤੁਹਾਡੇ ਲਈ ਕਿੱਡਾ ਵੱਡਾ ਸੈਟਬੈਕ ਹੋਵੇਗਾ ਹਾਂਜੀ ਬਿਲਕੁਲ ਜਿੱਦਾਂ ਓਲੰਪਿਕ ਜੇ ਕੈਂਸਲ ਹੁੰਦੀਆਂ ਤਾਂ ਸਾਡੇ 'ਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਪਊਗਾ ਕਿਉਂਕਿ ਇਹ ਹਰ 4 ਸਾਲ ਬਾਅਦ ਆਉਂਦੀਆਂ ਨੇ ਅਤੇ ਹਰ ਇੱਕ ਪਲੇਅਰ ਨੂੰ ਇਸ ਦੀ ਕਈ ਸਾਲਾਂ ਤੋਂ ਮਿਹਨਤ ਕਰਦਾ ਇਸ ਲਈ ਅਤੇ ਇਸ 'ਚੋਂ ਮੈਡਲ ਆਪਣੇ ਦੇਸ਼ ਲਈ ਮੈਡਲ ਲਿਆਉਣ ਲਈ ਸੋਚਦਾ ਵਾ ਜਿੱਦਾਂ ਅਸੀਂ ਵੀ ਬਹੁਤ ਸੈਕਰੀਫਾਈਸ ਕੀਤੇ ਨੇ ਜਿੱਦਾਂ ਮੇਰੇ ਕੋਲ MS ਢਿੱਲੋਂ ਉਹਨਾਂ ਦੀ ਸਾਰੀ ਫੈਮਿਲੀ ਇਸ ਟਾਈਮ ਆਸਟ੍ਰੇਲੀਆ ਬੈਠੀ ਨੇ ਉਹ ਇਕੱਲੇ ਮੇਰੇ ਕਰਕੇ NIS ਦੇ ਵਿੱਚ ਮੈਨੂੰ ਪ੍ਰੈਕਟਿਸ ਕਰਾ ਰਹੇ ਨੇ ਅਤੇ ਮੇਰੀ ਮਦਰ ਪਿਛਲੇ 5 ਮਹੀਨੇ ਤੋਂ ਇਕੱਲੇ ਨੇ ਘਰੇ ਅਤੇ ਇਸ ਚੀਜ਼ ਦਾ ਮਤਲਬ ਸਾਰਿਆਂ 'ਤੇ ਤਕਰੀਬਨ ਜੋ ਸਾਡੇ ਸਪੋਰਟਰ ਨੇ ਉਹਨਾਂ ਦੇ ਸਾਰਿਆਂ 'ਤੇ ਅਸਰ ਜ਼ਰੂਰ ਪਵੇਗਾ ਅੱਛਾ ਤਜਿੰਦਰ ਓਲੰਪਿਕ ਦੇ ਵਿੱਚ ਜਾਣ ਦਾ ਸੁਪਨਾ ਤੁਸੀਂ ਕਦੋਂ ਤੋਂ ਦੇਖ ਰਹੇ ਹੋ ਜਿੱਦਾਂ ਹਰੇਕ ਪਲੇਅਰ ਦਾ ਇਹ ਸੁਪਨਾ ਹੁੰਦਾ ਵੀ ਮੈਂ ਆਪਣੀ ਕੰਟਰੀ ਵੱਲੋਂ ਰੀਪ੍ਰਜੈਂਟ ਕਰਾਂ ਓਲੰਪਿਕ ਦੇ ਵਿੱਚ ਅਤੇ ਉਸੇ ਤਰ੍ਹਾਂ ਮੇਰਾ ਵੀ ਇਹੀ ਸੁਪਨਾ ਸੀਗਾ ਵੀ ਮੈਂ ਓਲੰਪੀਅਨ ਪਲੇਅਰ ਬਣਾ ਆਪਣੀ ਕੰਟਰੀ ਵਾਸਤੇ ਮੈਡਲ ਲੈ ਕੇ ਆਵਾਂ ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਾਂ ਅੱਛਾ ਜਦੋਂ ਲੋਕਡਾਊਨ ਅਨਾਊਂਸ ਹੋਇਆ ਸੀ ਉਦੋਂ ਤੋਂ ਤੁਸੀਂ NIS ਦੇ ਵਿੱਚੋਂ ਨਾ ਤਾਂ ਤੁਹਾਨੂੰ ਬਾਹਰ ਆਉਣ ਦਿੱਤਾ ਗਿਆ ਅਤੇ ਨਾ ਹੀ ਤੁਸੀਂ ਬਾਹਰ ਆ ਸਕਦੇ ਸੀ ਤਾਂ NIS ਦੇ ਵਿੱਚ ਸਮਾਂ ਕਿਵੇਂ ਬਤੀਤ ਹੋਇਆ ਤਾਂ ਇੱਕ ਪਲੇਅਰ ਨੂੰ ਆਦਤ ਹੁੰਦੀ ਆ ਸਵੇਰੇ ਉੱਠ ਕੇ ਗਰਾਊਂਡ ਜਾਣਾ ਮਿਹਨਤ ਕਰਨਾ ਫਿਰ ਆ ਕੇ ਰੈਸਟ ਕਰਨੀ ਸ਼ਾਮ ਨੂੰ ਫਿਰ ਗਰਾਊਂਡ ਜਾਣਾ ਅਤੇ ਉਹ ਸਾਡਾ ਇੱਕ ਰਿਦਮ ਟੁੱਟ ਚੁੱਕਾ ਸੀਗਾ ਅਤੇ ਅਸੀਂ ਕਮਰੇ ਦੇ ਵਿੱਚ ਮਤਲਬ ਇੱਕ ਤਰ੍ਹਾਂ ਦੇ ਮਤਲਬ ਵੀ ਬੋਰ ਹੋ ਰਹੇ ਸੀਗੇ ਇੰਨੇ ਸਮੇਂ ਤੋਂ ਫਿਰ ਜਿੰਨੀ ਕੁ ਐਕਟੀਵਿਟੀ ਹੋ ਸਕਦੀ ਸੀਗੀ ਅਸੀਂ ਕਮਰੇ ਵਿੱਚ ਕਰਦੇ ਸੀਗੇ ਜਿੰਨੀ ਕੁ ਆਪਣੀ ਕਰ ਸਕਦੇ ਸੀਗੇ ਬਾਕੀ ਜਿੱਦਾਂ ਵਿਹਲੇ ਟਾਈਮ ਦੇ ਵਿੱਚ ਨੈੱਟਫਲਿਕਸ 'ਤੇ ਮੂਵੀਜ਼ ਹੋ ਗਈਆਂ ਪਬਜੀ ਦੇ ਮੈਚ ਹੋ ਗਏ ਬਸ ਇੱਦਾਂ ਹੀ ਆ ਕਿਉਂਕਿ ਕਿਤਾਬਾਂ ਪੜ੍ਹਨ ਦਾ ਇੰਨਾ ਆਪਾਂ ਸਕੂਲ 'ਚ ਨਹੀਂ ਪੜ੍ਹੇ ਵਿਹਲੇ ਟਾਈਮ 'ਚ ਤਾਂ ਪੜ੍ਹਨਾ ਹੀ ਕੀ ਹੈ ਅੱਛਾ 2018 ਦੀਆਂ ਏਸ਼ੀਅਨ ਖੇਡਾਂ ਦੇ ਵਿੱਚ ਤੁਸੀਂ ਗੋਲਡ ਮੈਡਲ ਜਿੱਤਿਆ ਸੀ ਕੀ ਉਦੋਂ ਤੋਂ ਹੀ ਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਸਨ 2018 ਏਸ਼ੀਅਨ ਗੇਮਾਂ ਤੋਂ ਬਾਅਦ ਮੈਂ ਬਹੁਤ ਮੋਟੀਵੇਟ ਹੋਇਆ ਸੀਗਾ ਜਿੱਦਾਂ ਉੱਥੇ ਮੈਂ 20-75 ਲਾ ਕੇ ਗੋਲਡ ਜਿੱਤਿਆ ਅਤੇ ਏਸ਼ੀਅਨ ਗੇਮਸ ਰਿਕਾਰਡ ਕੀਤਾ ਅਤੇ ਆਪਣਾ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ ਅਤੇ ਫਿਰ 2019 ਦੇ ਵਿੱਚ ਮੈਂ 20-92 ਲਾ ਕੇ ਫਿਰ ਤੋਂ ਆਪਣਾ ਹੀ ਰਿਕਾਰਡ ਤੋੜਿਆ ਅਤੇ ਫਿਰ ਕੋਚ ਸਾਹਿਬ ਮਤਲਬ ਮੈਨੂੰ ਕਹਿ ਰਹੇ ਸੀਗੇ ਵੀ ਆਪਾਂ ਜੋ 21 ਮੀਟਰ ਲਾ ਸਕਦੇ ਹਾਂ ਤਾਂ ਆਪਾਂ 22-23 ਮੀਟਰ ਲਾਉਣੀ ਵੀ ਆਪਣੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਅਤੇ ਬਹੁਤ ਜ਼ਿਆਦਾ ਕੋਚ ਸਾਹਿਬ ਨੇ ਮੇਰੇ 'ਤੇ ਮਿਹਨਤ ਕੀਤੀ ਮੇਰੇ ਜੋ ਵੀਕ ਪੁਆਇੰਟ ਸੀ ਉਹਨਾਂ ਨੂੰ ਸੁਧਾਰਿਆ ਅਤੇ ਅਸੀਂ ਇਸ ਚੀਜ਼ ਨੂੰ ਪ੍ਰੂਫ ਵੀ ਕੀਤਾ 22+ ਅਸੀਂ ਥਰੋਆਂ ਮਾਰੀਆਂ ਵੀ ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵਧੀਆ ਕਰਾਂਗੇ ਅੱਛਾ 2018 ਦੀ ਏਸ਼ੀਅਨ ਖੇਡਾਂ ਦੇ ਵਿੱਚ ਤੁਸੀਂ ਗੋਲਡ ਮੈਡਲ ਜਿੱਤ ਲਿਆ ਸੀ ਅਤੇ ਪ੍ਰੈਕਟਿਸ ਨੂੰ ਤੁਸੀਂ ਕਿੰਨਾ ਸਮਾਂ ਉਸ ਤੋਂ ਬਾਅਦ ਦਿੱਤਾ ਕੀ ਪ੍ਰੈਕਟਿਸ ਦੇ ਵਿੱਚ ਕੋਈ ਚੇਂਜ ਲਿਆਂਦੀ ਜਾਂ ਸਮੇਂ ਦੇ ਵਿੱਚ ਕੋਈ ਬਦਲਾਅ ਕੀਤਾ ਸਮਾਂ ਤਾਂ ਜਿੱਦਾਂ ਪਹਿਲਾਂ ਵੀ ਏਸ਼ੀਅਨ ਗੇਮਾਂ ਤੋਂ ਪਹਿਲਾਂ ਵੀ ਮੈਂ ਆਪਣਾ ਪੂਰਾ ਹੀ ਟਾਈਮ ਦੇ ਰਿਹਾ ਸੀ ਗਰਾਊਂਡ ਵਾਸਤੇ ਜਿੱਦਾਂ ਸਵੇਰੇ 2 ਘੰਟੇ 3 ਘੰਟੇ ਹੋ ਗਏ ਸ਼ਾਮ ਨੂੰ 3 ਘੰਟੇ ਹੋ ਗਏ ਅਤੇ ਜਿੱਦਾਂ ਅਸੀਂ ਯੂਰਪ ਗਏ ਸੀ 2019 ਦੇ ਵਿੱਚ ਉੱਥੋਂ ਦੇ ਜਿਹੜੇ ਐਥਲੀਟ ਸੀਗੇ ਸ਼ਾਰਟਪੁੱਟ ਦੇ ਜਦੋਂ ਉਹਨਾਂ ਨਾਲ ਮੈਂ ਕੰਪਟੀਸ਼ਨ ਖੇਡਿਆ ਉਹ ਜਦੋਂ 22 ਮੀਟਰ ਥਰੋਆਂ ਮਾਰਦੇ ਸੀ ਤਾਂ ਮੈਨੂੰ ਆਪਣੀ 20-20 ਮੀਟਰ ਤੋਂ ਬਹੁਤ ਮਤਲਬ ਛੋਟੀ ਲੱਗਦੀ ਸੀ ਉਹਨਾਂ ਦੇ ਵਿੱਚ ਤਾਂ ਮਤਲਬ ਕੋਚ ਸਾਹਿਬ ਮੈਨੂੰ ਕਹਿੰਦੇ ਵੀ ਪੁੱਤਰਾ ਉਹ ਵੀ ਤਾਂ ਇਨਸਾਨ ਹੀ ਨੇ ਵੀ ਇੰਨੀਆਂ ਥਰੋਆਂ ਵੱਡੀਆਂ ਮਾਰ ਰਹੇ ਨੇ 22 ਮੀਟਰ ਥਰੋਆਂ ਮਾਰ ਰਹੇ ਨੇ ਅਤੇ ਇੱਕ ਮਤਲਬ ਅਸੀਂ ਮਤਲਬ ਦਿਮਾਗ ਦੇ ਵਿੱਚ ਸਾਡੇ 22 ਮੀਟਰ ਦਾ 22.5 ਮੀਟਰ ਦਾ ਅਸੀਂ ਏਮ ਫਿੱਟ ਕੀਤਾ ਅਤੇ ਉਹ ਫਿਰ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਮੈਂ 22-20 ਲਾ ਕੇ ਆਪਣੀ ਪਰਸਨਲ ਬੈਸਟ ਕੀਤੀ ਸੀ ਥਰੋ ਅਤੇ ਬਸ ਉਹ ਇੱਕ ਕੰਪਟੀਸ਼ਨ ਦੇ ਮਨਾਉਣ ਦਾ ਮੌਕਾ ਨਹੀਂ ਮਿਲਿਆ ਕਰੋਨਾ ਕਰਕੇ ਇਸ ਲੋਕਡਾਊਨ ਅੱਛਾ ਏਸ਼ੀਅਨ ਖੇਡਾਂ ਤੋਂ ਬਾਅਦ ਤੁਹਾਡੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਕਿ ਉਸਦਾ ਕੋਈ ਅਸਰ ਤੁਹਾਡੇ 'ਤੇ ਪਿਆ ਓਲੰਪਿਕ ਦੀਆਂ ਤਿਆਰੀਆਂ ਕਰਨ ਦੇ ਵਿੱਚ ਕੋਈ ਅੜਿੱਕਾ ਆਇਆ ਤਾਂ 2018 ਦੀਆਂ ਕਾਮਨਵੈਲਥ ਗੇਮਸ ਦੇ ਵਿੱਚ ਮੈਂ ਆਸਟ੍ਰੇਲੀਆ ਗਿਆ ਸੀਗਾ ਉੱਥੋਂ ਜਦੋਂ ਮੈਂ ਵਾਪਸ ਆਇਆ ਤਾਂ ਮਤਲਬ ਡੈਡੀ ਦੀ ਤਬੀਅਤ ਬਹੁਤ ਜ਼ਿਆਦਾ ਢਿੱਲੀ ਹੋ ਗਈ ਸੀਗੀ ਅਤੇ ਉਹਨਾਂ ਨੂੰ ਫਿਰ ਪੰਚਕੂਲਾ ਮੈਂ ਲੈ ਕੇ ਗਿਆ ਅਤੇ ਉਹ ਡਾਕਟਰਾਂ ਨੇ ਦੱਸਿਆ ਵੀ ਇੱਦਾਂ ਕਰਕੇ ਵੀ
कैंसर हड्डिया तो हम सीधा ब्रेन के चला गया। तो वह कहें भी साढ़े को थेरेपी वाली मशीन है नहीं तो इन्हों सॉरी दिल्ली रैफर कर दें। तो उन्होंने असं उस दिन दिल्ली लै गए तो कोच साहब ने मैं कॉल की। कोच साहब कहते भी कि तैयारी किमें चल रही है। फिर मैं दसिया कोच साहब, मैं कोच साहब मैं एशियन गेम मैं नहीं जाना है कि मैं छूँगा क्योंकि मैं डैडी की सेवा करनी है। तो कोच साहब फिर मेरे तो गर्म होए, वो कहते भी जो डॉक्टर है भी तू मेरा ट्रीटमेंट करना। तो वह फिर उतों कोच साहब अगले दिन दिल्ली आ गए, मेरी प्रैक्टिस चल पी तो डैडी भी उतों रिकवर हो गए। तो फिर जो एशियन गेमां ते मैं गया, जो डैडी का सुपना सी इंडिया रिकॉर्ड का एशियन गेमां का वो सारा उतों पूरा होया। तो मेरा एक सुपना सी भी मैं जो एशियन गेमां तो वापस आवा तो वह मैडल अपने डैडी के गल में पावा। तो वो फिर जो रब न मंजूर हो करना घट गई। तो फिर वो सारा कुछ होने तो बाद फिर मेरी मम्मी एक दिन मैं दसते थे कहते भी चलो एशियन गेमां दे विच मैडल आ गया तो हुण उन्होंने क्या भी ध्यान रखे अपना ओलंपिक ने भी एशियन गेमां दे विच तो बहुत मैडल इंडिया के आ चुके ने भी अपना ओलंपिक दे विच भी मैडल हुण तक नहीं आया एथलैटिक दे विच। ते वह फिर उ गल जो फिर मम्मी ने मैं दसी तो मैं ये गल तो बड़ा मतलब मोटीवेट होया। मेरे मतलब ब्रेन के मतलब गल फस गई बी वधिया करना वा, पूरा हार्डवर्क करना जिन्ना अपने वालों बेस्ट हो सकता वा। तो मैं कोच साहब ने भी यही गल शेयर की, रिजल्ट भी आया मतलब बी सा प्रैक्टिस वधिया चली, वधिया थ्रोआं मारियां। तो वह बस यही होया भी असी वो जो प्रैक्टिस थ्रोआं मारियां सीगियां वह असी कंपटीशन से मना नहीं मतलब काउंट नहीं करवा पाए। तो इस चीज़ का मतलब बहुत लॉस होया। अच्छा 2018 के एशियन खेडों गोल्ड मैडल जितया से, उस तो बाद 2019 के नैशनल रिकॉर्ड भी तोड़िया। इस तो बिना 2019 का साल तुहाडा किवें दा रहा, इस दौरान की तुसी प्राप्तियां हासिल कीतियां? जी 2019 जिदा एशियन गेमां तो मैं आया वापस तो नवा सैशन शुरू किया प्रैक्टिस का अक्तूबर नवंबर के मैं बीमार हो गया। मेरे ब्लड में इनफेक्शन हो गई तो मैं 10-12 दिन पटियाले होस्पिटल एडमिट रहा। तो जिस करके भी मेरा बॉडी वेट 15-20 किलो डाउन आ गया सीगा। तो उन्होंने क्योंकि वो एंटीबायोटिक बड़े तेज सीगे तो मेरा गोला भी 13-14 मीटर ते आ गया। फिर कोच साहब ने मैं बड़ा मोटीवेट किया, कहिंदे पुत्रा जो पिछे लंघ गया 18 वो लंघ गया, हुण नवे साल आ रहे तो नवे एम लैके चलना आपां। तो फिर अं हौली हौली प्रैक्टिस करके 2 महीने के पूरी बॉडी असी रिकवर कर ली। तो एशियन चैंपियनशिप सी दोहा, उत्थे मेरा गोल्ड सीगा 20-23 ला गए। तो फिर उस तो बाद असी यूरोप चले गए, उत्थे कंपटीशन खेडे, 2 कंपटीशन ते मेरा सिल्वर सीगा, एक ते मेरा ब्राउन सीगा। सारे कंपटीशन मैं उत्थे मतलब 20-30 ते उपर ही खेडे सारे। तो फिर उस तो बाद वर्ल्ड चैंपियनशिप की मेरी सिलैक्शन सी, वह भी दोहा दे विच सी। तो उत्थे मेरा 7वां रैंक सीगा, मैं क्वालीफाई नहीं कर पाया सीगा, 20-43 ला गए, 20-43 डिस्टेंस सीगा मेरा आपते। तो उस तो बाद आ के अपना रांची ओपन नैशनल सी, उत्थे मैं आके नवा रिकॉर्ड किया 20-92 का। तो एक थ्रो लगाई सी 21-28, मतलब वो थोड़ी फाउल हो गई सी। तो उस तो बाद फिर वर्ल्ड मिलटरी गेम सीगियां वुहान चाइना के, उत्थे मेरा 4th रैंक सीगा, 20-45 ला गए। तो फिर उस तो बाद जो वापस आए नवंबर दसंबर के साउथ एशियन गेम सीगियां काठमांडू चाइना सॉरी नेपाल, तो उत्थे मैं नवा रिकॉर्ड किया सर्फ गेम का, तो गोल्ड मैडल जितया। 19 के मेरे कोच को द्रोणाचार्य अवार्ड, तो मैनू अर्जुन अवार्ड दिता गया। तो मतलब ये सानू जो अवार्ड मिले तो सानू बहुत खुशी हुई भी सानू लगा भी साड़ी मेहनत का मुल मतलब पै गया। तो वाहिगुरु मेहर करे, अगे होर मेहनत करांगे तो होर अवार्ड जिता गए। धन्यवाद तजिंदर साढ़े नाल गलबात करन दे लई। असी कामना करदे आं तुसी ओलंपिक दे विच जावो अते जो देश नूं तुहाडे तों उम्मीद है ओलंपिक दे विच मैडल लिआउण दी उस नूं पूरा कर सको। फिलहाल मैनूं दिओ इजाजत, देश दुनिया अते पंजाब दी हर वड्डी खबर लई देखदे रहो ABP सांझा।